ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੀ 17, 18, 19 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਚੋਰਾਂ ਵੱਲੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ਤਾਬਦੀ ਪੁਰਬ ਮਨਾਇਆ। ਇਹਨਾਂ ਨੂੰ ਚੋਰ ਕਿਉਂ ਕਿਹਾ? ਇਹਨਾਂ ਦੇ ਪ੍ਰਬੰਧ ਵਿੱਚ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਇਹਨਾਂ ਨੇ ਚੋਰੀ ਕੀਤੇ ਆ। ਕਿਹਨੂੰ ਦਿੱਤੇ ਆ, ਕਿੱਥੇ ਆ, ਕਿਸ ਹਾਲਾਤ ਵਿੱਚ ਆ, ਅੱਜ ਤੱਕ ਇਹਨਾਂ ਨੇ ਸੰਗਤ ਪੰਥ ਨੂੰ ਨਹੀਂ ਦੱਸਿਆ। ਪਰ ਇਹਨਾਂ ਚੋਰਾਂ ਦਾ ਸਾਥ ਜਿਨ੍ਹਾਂ ਨੂੰ ਸੰਗਤ ਸੰਤ ਦੇ ਨਾਮ ਨਾਲ ਯਾਦ ਕਰਦੇ ਆ, ਉਹਨਾਂ ਸੰਤਾਂ ਮਹਾਂਪੁਰਖਾਂ ਨੇ ਦਿੱਤਾ। ਉਸ ਸੰਤ ਸਮਾਜ ਵਿੱਚ ਉਦਾਸੀ ਪੰਥ, ਨਿਰਮਲੇ ਪੰਥ, ਕਾਰ ਸੇਵਾ ਵਾਲੇ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਦਾ ਸਾਥ ਦਿੱਤਾ। ਗੁਰਮੁਖੋ, ਇਹਨਾਂ ਦਾ ਸਾਥ ਦੇਣ ਤੋਂ ਪਹਿਲਾਂ ਸਿਧਾਂਤ ਪੜ੍ਹਦੇ, ਇਤਿਹਾਸ ਪੜ੍ਹਦੇ, ਗੁਰਬਾਣੀ ਤੋਂ ਸੇਧ ਲੈਂਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਚੋਰ ਦੇ ਸੰਬੰਧ ਵਿੱਚ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਕੜਗੀਧਰ ਪਾਤਸ਼ਾਹ ਦੀ ਸੈਨਾ ਦੇ ਸੈਨਾਪਤੀ ਭਾਈ ਨੰਦ ਚੰਦ ਜੀ ਹੋਏ ਆ। ਉਹਨਾਂ ਨੇ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਚੋਰੀ ਕੀਤੇ। ਦਸਮ ਪਿਤਾ ਦੇ ਕਹਿਣ ਤੋਂ ਇਹਨੇ ਵਾਪਸ ਨਹੀਂ ਕੀਤੇ ਅਤੇ ਨਾ ਮਾਫ਼ੀ ਮੰਗੀ ਆ। ਕੜਗੀਧਰ ਪਾਤਸ਼ਾਹ ਨੇ ਭਾਈ ਨੰਦ ਚੰਦ ਨੂੰ ਪੰਥ ਵਿੱਚ ਸ਼ਾਮਿਲ ਨਹੀਂ ਕੀਤਾ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਚੋਰਾਂ ਨੇ ਅਣਗਿਣਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਚੋਰੀ ਕੀਤੇ ਆ। ਅਜੇ ਤੱਕ ਸੰਗਤ ਪੰਥ ਨੂੰ ਕੋਈ ਵੀ ਜਾਣਕਾਰੀ ਨਹੀਂ ਕਿ ਕਿੰਨੇ ਦਿੱਤੇ ਆ, ਕਿਹਨੂੰ ਦਿੱਤੇ ਆ, ਕਿਸ ਹਾਲਾਤ ਦਿੱਤਿਆ। ਇਸ ਕਰਕੇ ਚੋਰਾਂ ਨੂੰ ਕੋਈ ਅਧਿਕਾਰ ਨਹੀਂ ਗੁਰਪੁਰਬ ਮਨਾਉਣ ਦਾ, ਕਿਉਂਕਿ ਇਹ ਅਪਰਾਧੀ ਆ, ਪੰਥ ਦੇ ਅਪਰਾਧੀ ਆ, ਗੁਰੂ ਦੇ ਅਪਰਾਧੀ ਆ। ਇਹਨਾਂ ਦੇ ਅਪਰਾਧ ਵਿੱਚ ਸਾਰਾ ਸੰਤ ਸਮਾਜ ਸ਼ਾਮਿਲ ਹੋਇਆ। ਗੁਰਮੁਖੋ, ਸੰਤ ਦਾ ਕੰਮ ਹੁੰਦਾ ਸੱਚ ਕਹਿਣਾ, ਸੱਚ ਦੇ ਰਸਤੇ 'ਤੇ ਚੱਲਣਾ, ਸੱਚ ਦਾ ਉਪਦੇਸ਼ ਦੇਣਾ। ਜੇਕਰ ਇਹਨਾਂ ਚੋਰਾਂ ਦਾ ਸਾਥ ਦਿਓਗੇ, ਪੰਥ ਅਤੇ ਸੰਗਤ ਕਿਸ ਦੇ ਬਚਨਾਂ 'ਤੇ ਵਿਸ਼ਵਾਸ ਕਰੇਗੀ? ਵੇਖੋ, ਇੱਕ ਬੇਨਤੀ ਆ ਸਾਰਿਆਂ ਨੂੰ ਕਿ ਲੰਮੇ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਗੁਟਕੇ ਸਾਹਿਬ, ਪੋਥੀਆਂ, ਸੈਂਚੀਆਂ ਦੀ ਵੇਦ ਵੀ ਹੁੰਦੀ ਆ, ਪਰ ਸੰਤ ਸਮਾਜ ਨਾ ਉਦਾਸੀ, ਨਾ ਨਿਰਮਲੇ, ਨਾ ਨਿਹੰਗ ਸਿੰਘ, ਨਾ ਬੁੱਢਾ ਦਲ, ਨਾ ਤਰਨਾ ਦਲ, ਨਾ ਕਾਰ ਸੇਵਾ ਵਾਲੇ ਕਿਸੇ ਵੀ ਬੇਅਦਬੀ ਵਾਲੀ ਘਟਨਾ 'ਤੇ ਕਦੇ ਵੀ ਨਹੀਂ ਪਹੁੰਚੇ। ਪਰ ਚੋਰਾਂ ਦਾ ਸਾਥ ਦੇਣ ਵਾਸਤੇ ਉਹਨਾਂ ਨੇ ਉਹਨਾਂ ਦੀ ਪਿੱਠ 'ਤੇ ਥਾਪੜ ਦਿੱਤਾ, ਹਰ ਤਰ੍ਹਾਂ ਦਾ ਸੰਜੋਗ ਦਿੱਤਾ। ਗੁਰਮੁਖੋ, ਅਫਸੋਸ ਹੈ, ਜੇਕਰ ਤੁਸੀਂ ਚੋਰਾਂ ਦਾ ਸਾਥ ਦਿਓਗੇ, ਪੰਥ ਸੰਗਤ ਕਿਹਦੇ ਤੋਂ ਸੇਧ ਲਵੇਗੀ? ਇਸ ਕਰਕੇ ਮੈਂ ਨਿਖੇਧੀ ਕਰਦਾ ਕਿ ਚੋਰ ਸੀ, ਚੋਰ ਹੈ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚੋਰੀ ਦੇ ਕੀਤੇ ਸਰੂਪ ਮਸਲੇ ਨੂੰ ਹੱਲ ਨਹੀਂ ਕਰਦੇ, ਉਹਨਾਂ ਚਿਰ ਇਹ ਚੋਰਾਂ ਦੀ ਲਿਸਟ ਵਿੱਚ ਰਹਿਣਗੇ। ਆਓ ਆਪਾਂ ਰਲ ਮਿਲ ਕਰਕੇ ਚੋਰਾਂ ਦਾ ਵਿਰੋਧ ਕਰੀਏ, ਇਹਨਾਂ ਨੂੰ ਤਾੜਨਾ ਕਰੀਏ। ਇਹ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।